ਪ੍ਰੈਸ ਦਾ ਸਾਰਾ ਕੰਮ ਰੁਕ ਜਾਣਾ। ਹੱਥ ਖੜੇ ਕਰਕੇ ਨਾਰਾ ਲਾਉਣਾ, ਸੁਖਪਾਲ ਸਿੰਘ ਖਹਿਰਾ ਦੀ, ਸਰਦਾਰ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਦੇ ਕੋਨੇ ਕੋਨੇ ਦੇ ਪਹੁੰਚੇ ਵਲੰਟੀਅਰ ਵੀ ਆਪਦੇ ਨਾਂ ਦਾ ਇੱਕ ਨਾਰਾ, ਆਮ ਆਦਮੀ ਪਾਰਟੀ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਨਾਲ ਜਿੰਨੇ ਵੀ ਉਹਨਾਂ ਦੀ ਟੀਮ MLA ਸਾਹਿਬ ਪਹੁੰਚੀ ਉਹਨਾਂ ਨਾਂ ਤੇ ਵੀ ਇੱਕ ਜਕਾਰਾ ਹੋ ਜਾਵੇ। ਇਨਕਲਾਬ ਇਨਕਲਾਬ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ। ਬਸ ਥੋੜ੍ਹਾ ਹੀ ਪਲਾਂ ਦੇ ਵਿੱਚ ਜਕਾਰੇ ਪੂਰੇ ਜੋਸ਼ ਲੋ ਪੰਜਾਬੀਆਂ ਦੇ ਪਾਣੀਆਂ ਦਾ ਰਾਖਾ ਸੁਖਪਾਲ ਖਹਿਰਾ ਜ਼ਿੰਦਾਬਾਦ। ਪੰਜਾਬੀਆਂ ਦੇ ਨੌਜਵਾਨਾਂ ਦਾ ਰਾਖਾ ਸੁਖਪਾਲ ਖਹਿਰਾ ਜ਼ਿੰਦਾਬਾਦ। ਮਾਸਟਰ ਬਲਦੇਵ ਸਿੰਘ ਜੀ MLA ਸਾਹਿਬ ਜ਼ਿੰਦਾਬਾਦ ਕਹਿੰਦੇ ਇਹਨਾਂ ਦੇ ਨਾਂ ਤੇ ਜ਼ੋਰਦਾਰ ਤਾੜੀਆਂ। ਸਰਦਾਰ ਬਲਦੇਵ ਸਿੰਘ ਜੈਤੋ ਜੀ MLA ਇੱਥੇ ਪਹੁੰਚੇ ਨੇ ਨਾਲ ਬਖਸ਼ ਕੋਫੀ ਪਰਾ ਸਟੇਜ ਤੇ ਆ ਰਹੇ ਨੇ। ਤੁਹਾਡੇ ਦਿਲਾਂ ਦੀ ਧੜਕਣ ਸੁਖਪਾਲ ਸਿੰਘ ਖਹਿਰਾ ਜੀ ਦਿਖਾ ਦਿੱਤਾ ਪੰਜਾਬੀਓ ਕਿ ਪੰਜਾਬ ਹਮੇਸ਼ਾ ਪੰਜਾਬੀਆਂ ਦੇ ਨਾਲ ਹੀ ਖੜੇਗਾ। ਜਿਹੜੇ ਸਾਡੇ ਵੀਰ ਕੁਛ ਦਿੱਲੀ ਗਏ ਨੇ ਉਹਨਾਂ ਨੂੰ ਵੀ ਵਿਖਾ ਦਿਓ ਪੰਜਾਬਪਾਲ ਸਿੰਘ ਖਹਿਰਾ ਜ਼ਿੰਦਾਬਾਦ। ਪੰਜਾਬੀਆਂ ਦੇ ਪਾਣੀਆਂ ਦਾ ਰਾਖਾ ਜ਼ਿੰਦਾਬਾਦ। ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ। ਕਿਸਾਨੀ ਦਾ ਰਾਖਾ ਸੁਖਪਾਲ ਖਹਿਰਾ ਜ਼ਿੰਦਾਬਾਦ। ਪੰਜਾਬੀਆਂ ਦੇ ਦਰਦ ਰੱਖਣ ਵਾਲਾ ਸੁਖਪਾਲ ਖਹਿਰਾ ਜ਼ਿੰਦਾਬਾਦ। ਜਗਦੇਵ ਸਿੰਘ ਕਮਾਲੂ ਜੀ ਪਹੁੰਚ ਚੁੱਕੇ ਨੇ ਹੱਥ ਖੜਾ ਕਰਕੇ। ਤੁਹਾਨੂੰ ਸਾਰਿਆਂ ਨੂੰ ਨਮਸਕਾਰ ਕਰਨ ਵਾਸਤੇ ਇਸ ਧਰਤੀ ਨੂੰ ਨਮਸਕਾਰ ਕੀਤੀ ਆ ਕੰਵਰ ਸੰਧੂ ਜੀ ਜਿਹੜੇ ਜਿੱਦਾਂ ਸੁਖਪਾਲ ਸਿੰਘ ਖਹਿਰਾ ਹੁਣ ਬੇਨਤੀ ਆ ਕਿ ਸਿਰਫ ਅਗਲੀ ਰੋਜ MLA ਸਮਾਨ ਤੋਂ ਬਾਅਦ ਹੋਰ ਕੋਈ ਨਾ ਬੈਠੇ ਅਗਲੀ ਰੋਜ, ਸਿਰਫ MLA ਸਮਾਨ ਬਹਿਣਗੇ ਅਗਲੀ ਵਾਲੀ ਰੋਜ। ਹੱਥ ਜੋੜ ਕੇ ਬੇਨਤੀ ਆ, ਮੈਨੂੰ ਨਾਂ ਲੈ ਕੇ ਇਕੱਲੇ ਇਕੱਲੇ ਨੂੰ ਕਹਿਣਾ ਨਾ ਪਏ। MLA ਸਾਹਿਬ ਜਿਹੜੇ ਆ ਉਹ ਅਗਲੀ ਰੋਜ ਦੇ ਵਿੱਚ ਬੈਠਣਗੇ, ਸੈਕਿੰਡ ਰੋਜ ਦੂਜੀ ਸੀਨੀਅਰ ਲੀਡਰਸ਼ਿਪ। ਬੇਨਤੀ ਆ MLA ਸਮਾਨ ਅਗਲੀ ਰੋਜ ਬੈਠਣ। ਜਿੰਨੇ ਵੀ ਤੁਸੀਂ ਪਿੱਛੇ ਖਲੋਤੇ ਹੋ ਸਾਰਿਆਂ ਨੂੰ ਬੇਨਤੀ ਆ ਕਿ ਇੱਕ ਸਾਈਡ ਤੇ ਹੋ ਜਾਣ ਪਿੱਛੇ। ਆਮ ਆਦਮੀ ਪਾਰਟੀ ਔਰ ਵਲੰਟੀਅਰ ਦਾ ਜੋ ਲਗਾ ਬੋਰਡ ਉਹ ਪਿੱਛੇ ਆ, ਇਸ ਕਰਕੇ ਜੱਸੀ ਜਸਰਾਜ ਜੀ ਵੀ ਪਹੁੰਚੇ ਨੇ।
ਸਮੁੱਚੀ ਟੀਮ ਸਾਡੇ ਸਾਬਕਾ ਮੈਂਬਰ SGPC ਰੋਪੜ ਤੋਂ ਉਹ ਵੀ ਪਹੁੰਚੇ ਨੇ, ਸਮੁੱਚਿਆਂ ਦਾ ਧੰਨਵਾਦ। ਮੈਂ ਕਿਰਪਾ ਕਰਕੇ ਸਟੇਜ ਦੀ ਕਾਰਵਾਈ ਸ਼ੁਰੂ ਹੋਣੀ ਹੈ, ਸਾਰਿਆਂ ਨੂੰ ਬੇਨਤੀ ਆ 2 ਮਿੰਟ ਖਹਿਰਾ ਸਾਹਿਬ ਹੁਣ 2 ਮਿੰਟ ਸਾਰਿਆਂ ਨੂੰ ਨਾ ਮਿਲਾ 2 ਮਿੰਟ ਮੈਂ ਬੇਨਤੀ ਕਰਨਾ। ਸਾਰੇ ਜਿਹੜਾ ਪਹਿਲਾਂ ਬੈਠਾ ਕਾਰਵਾਈ ਸ਼ੁਰੂ ਹੋਏ, ਆਗੋ ਬੈਠੋ 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 ਆ ਬੈਠੋ ਮੇਰੇ ਵੀਰਾ ਬੈਠੋ, ਇੱਦਾਂ ਨਹੀਂ ਗੱਲ ਚੱਲਣੀ। ਪ੍ਰੈਸ ਜਿਹੜੀ ਆ ਉਹਨੇ ਕਵਰੇਜ ਕਰਨੀ ਆ, ਨਹੀਂ ਗੱਲ ਬਣਨੀ। ਬਹਿ ਜਾਓ ਬਹਿ ਜਾਓ। ਮੈਂ ਫਿਰ ਦੁਬਾਰਾ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਪੰਡਾਲ ਵਾਲੇ ਡੀ ਵਾਲੇ ਵੀਰਾਂ ਨੂੰ, ਤੁਸੀਂ ਸਾਰੇ ਬਹੁਤ ਸਿਆਣੇ ਹੋ, ਆ ਜਿੰਨੇ ਇੱਥੇ ਡੀਜ ਨੇ ਉਹ ਸਾਰੇ ਬੈਠ ਜਾਓ ਕਿਰਪਾ ਕਰਕੇ, ਤੇ ਜਿਹੜੇ ਅੱਗੇ ਬੈਠੇ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਸਾਰੇ ਜਿਹੜੇ ਜਹਾਂ ਤੱਕ ਸਾਈਡ ਤੇ ਹੋ ਜਾਣ, ਪਿੱਛੇ ਲੀਡਰ ਸਭਾ ਉਹਨਾਂ ਦੇ ਚਿਹਰੇ ਨਹੀਂ ਆਉਣੇ, ਅੱਗੇ ਬੈਠੇ ਵਾਲਿਆਂ ਨੂੰ ਬੇਨਤੀ ਉੱਠ ਜਾਓ, ਗਾਲਾਂ ਤੇ ਲਾਓ ਜੀ ਤੁਸੀਂ ਪ੍ਰਧਾਨ ਜੇ, ਤੁਸੀਂ ਪਿਛਲੇ ਬੰਦੇ ਆ ਜਾਓ, ਕੋਈ ਗੱਲ ਨਹੀਂ, ਸਾਰੀ ਸਮੁੱਚੀ ਟੀਮ ਨੂੰ ਹੁਣ ਕਿਸੇ ਦਾ ਨਾਂ ਨਹੀਂ ਬੋਲਿਆ ਜਾਣਾ, ਹੱਥ ਜੋੜ ਕੇ ਬੇਨਤੀ ਆ, ਕਿਉਂਕਿ ਇਹ 50,000 ਦੇ ਇਕੱਠ 'ਚ ਮੇਰੀ ਬੇਵਸੀ ਆ, ਮੈਂ ਸਵੇਰ ਤੋਂ ਨਾਂ ਬੋਲ ਰਿਹਾ, ਹੁਣ ਨਾਂ ਨਹੀਂ ਬੋਲਿਆ ਜਾਣਾ, ਇਸ ਕਰਕੇ ਸਿਰਫ ਤੇ ਸਿਰਫ ਲੀਡਰ ਸਾਹਿਬਾਨਾਂ ਦੀ ਜਿਹੜੀ ਸਪੀਚ ਆ ਉਹ ਤੁਹਾਡੇ ਅੱਗੇ ਰੱਖਣੀ ਆ। ਹੁਣ 2 ਮਿੰਟ ਲਈ ਨਵਜੋਤ ਕੌਰ ਮੁੰਡੀ ਟਾਈਮ ਨੂੰ ਬੰਦ ਰੱਖਿਓ, ਜੇ ਕਿਸੇ ਨੇ ਟਾਈਮ ਦਾ ਵਾਧ ਘਾਟ ਕੀਤੀ ਤੇ ਮੇਰੀ ਮਜਬੂਰੀ ਹੋਵੇਗੀ ਉਹਨੂੰ ਹੱਥ ਜੋੜਨ ਦੀ, ਤੇ ਆਹ ਬਹਿ ਜਾਓ ਸਾਰੇ ਜਿਹੜੇ, ਬੰਦ ਕਰੋ ਮੋਬਾਈਲ। ਇੱਥੇ ਸਾਡੇ ਵਲੰਟੀਅਰ ਵੀ ਨੌਜਵਾਨ ਜਿਹੜੇ ਨੇ ਉਹ ਅਗਲੇ ਬੰਦੇ ਆ ਕੇ ਇਹਨਾਂ ਵੀਰਾਂ ਨੂੰ ਹੱਥ ਜੋੜ ਕੇ ਬਿਠਾਉਣ। ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਵੀਰੇ। ਖਹਿਰਾ ਸਾਹਿਬ ਇਹ ਤੁਸੀਂ ਇੱਕ ਵਾਰੀ ਬੇਨਤੀ ਕਰਦੇ ਉਹਨਾਂ ਨੂੰ ਬੈਠਣ ਦੀ, ਇੱਦਾਂ ਗੱਲ ਨਹੀਂ ਬੰਦੀ। ਸਾਰੇ ਸਤਿਕਾਰਯੋਗ ਆਪਣੇ ਛੋਟੇ ਵੀਰਾਂ ਨੂੰ ਮੇਰੀ ਬੇਨਤੀ ਹੈ, ਗਰਮੀ ਬੇਤਹਾਸ਼ਾ ਹੈ ਔਰ ਤੁਸੀਂ ਬਹੁਤ ਦੂਰ ਦੁਰਾਡੇ ਤੋਂ ਆਏ ਹੋ, ਸਾਡੇ ਕੋਲ ਕੋਈ ਵਿਵਸਥਾ ਕੋਈ ਪ੍ਰਬੰਧ ਸਾਡੇ ਕੋਲ ਕੋਈ ਸਾਧਨ ਨਹੀਂ ਗੇ, ਪਰ ਅੱਜ ਮੇਰੀ ਤੁਹਾਨੂੰ ਬੇਨਤੀ ਹੈ ਕਿ ਜਦ ਤੱਕ ਅਖੀਰਲਾ ਸਪੀਕਰ ਤੇ ਅਖੀਰਲਾ ਮਤਾ ਨਹੀਂ ਪਾਸ ਹੋ ਜਾਂਦਾ ਕਿਸੇ ਵਿਅਕਤੀ ਨੇ ਇਸ ਪੰਡਾਲ ਚੋਂ ਬਿਲਕੁਲ ਨਹੀਂ ਜਾਣਾ ਹੈ। ਪਸੀਨਾ ਆ ਜਾਏ ਜਿੰਨਾ ਮਰਜ਼ੀ, ਗਰਮੀ ਜਿੰਨੀ ਮਰਜ਼ੀ, ਪਰੰਤੂ ਅੱਜ ਆਪਾਂ ਆਪਣੇ ਪੰਜਾਬ ਆਪਣੇ ਇਸ ਸੂਬੇ ਆਪਣੇ ਲੋਕਾਂ ਦੀ ਗੱਲ ਖੜਕਾ ਕੇ ਇੱਥੋਂ ਕਰਕੇ ਤੇ ਫੈਸਲਾ ਕਰਕੇ ਜਾਣਾ ਹੈ।
ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭੇ ਦੀ ਧਰਤੀ ਦੇ ਵਾਸੋਂ ਪੰਜਾਬ ਪੰਜਾਬੀਅਤ ਲਈ ਦਿਲ ਵਿੱਚ ਦਰਦ ਰੱਖਣ ਵਾਲਿਓ, ਮੇਰੇ ਦੇਸ਼ ਦੇ ਅਣਖੀ ਯੋਧਿਓ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਰੋ, ਜਦੋਂ ਆਪਣੀ ਮਿਹਨਤ ਨਾਲ ਉਸਾਰਿਆ, ਆਪਣੇ ਮਿਹਨਤ ਨਾਲ ਉਸਾਰਿਆ, ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਉਸਾਰਿਆ ਆਪਣਾ ਮਹਿਲ, ਕੁਝ ਘਰ ਦੇ ਕਲੇਸ਼ ਦੇ ਕਾਰਨ ਪੁੱਟ ਕੇ ਢਹਿ ਢੇਰੀ ਹੁੰਦਾ, ਤਾਂ ਉਦੋਂ ਬੋਲਣ ਨੂੰ ਕੁਛ ਨਹੀਂ ਬਚਦਾ ਗਾ। ਪਰ ਜੇ ਆਪਾਂ ਅੱਜ ਵੀ ਨਾ ਕੁਛ ਬੋਲੇ ਤਾਂ ਆਪਣੇ ਆਪ ਨੂੰ ਕਦੇ ਮਾਫ ਨਹੀਂ ਕਰ ਪਾਵਾਂਗੇ, ਤੇ ਮੈਂ ਖਾਸ ਕਰਕੇ ਖੁਦ ਨੂੰ ਮਾਫ ਨਹੀਂ ਕਰ ਪਾਉਂਗੀ। ਅੱਜ ਅਰਵਿੰਦ ਕੇਜਰੀਵਾਲ ਜੀ ਨੂੰ ਕੁਝ ਸਵਾਲ ਕਰਨਾ ਚਾਹੁੰਦੀ ਹਾਂ ਕਿ ਕੀ ਕਮੀ ਰਹਿ ਗਈ ਸੀ ਸਾਡੇ ਪੰਜਾਬੀਆਂ ਦੇ ਪਿਆਰ ਚ, ਸਾਡੇ ਪੰਜਾਬੀਆਂ ਦੀ ਮਿਹਨਤ ਚ। ਅਸੀਂ ਇਸ ਪਾਰਟੀ ਨੂੰ ਖੜਾ ਕਰਨ ਦੇ ਲਈ ਦਿਨ ਰਾਤ ਇੱਕ ਕਰਕੇ ਕੰਮ ਕੀਤਾ, ਘਰ ਘਰ ਗਏ, ਗਲੀ ਮੁਹੱਲਿਆਂ ਚ ਗਏ। ਕੀ ਕਮੀ ਰਹਿ ਗਈ ਸੀ ਸਾਡੇ ਉਹਨਾਂ ਐਨਆਰਆਈ ਵੀਰਾਂ ਦੇ ਪਿਆਰ ਚ, ਜਿਨ੍ਹਾਂ ਨੇ ਤੁਹਾਨੂੰ ਅਥਾਹ ਪਿਆਰ ਦਿੱਤਾ, ਤੁਹਾਡੇ ਲਈ ਬਾਹਾਂ ਵਿਛਾਈਆਂ, ਤੁਹਾਨੂੰ ਆਪਣੇ ਦਿਲ ਦੇ ਨਾਲ ਲਾਇਆ, ਤਨ ਮਨ ਤਨ ਹਰ ਪੱਖੋਂ ਤੁਹਾਡੀ ਸਪੋਰਟ ਕੀਤੀ, ਹਰ ਪੱਖੋਂ ਪਾਰਟੀ ਦੀ ਸਪੋਰਟ ਕੀਤੀ। ਚਾਹੇ ਉਹ ਇੱਥੇ ਨਹੀਂ ਆ ਸਕੇ, ਉਹਨਾਂ ਨੇ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ, ਤੇ ਕੁਝ ਕੁ ਮੇਰੇ ਐਨਆਰਆਈ ਜਹਾਜ਼ ਭਰ ਭਰ ਕੇ ਪੰਜਾਬ ਦੇ ਵਿੱਚ ਆਏ ਇਲੈਕਸ਼ਨ ਟਾਈਮ, ਜਦਕਿ ਉਹ ਆਪਣੇ ਪਰਿਵਾਰਾਂ ਦੇ ਸਮੇਤ ਵਿਦੇਸ਼ਾਂ ਦੇ ਵਿੱਚ ਸੈੱਟ ਹੈ। ਸਾਡੀ ਪੰਜਾਬੀ ਅਣਖੀ ਸੂਰਮਿਆਂ ਦੀ ਉਹ ਕੌਮ ਹੈ ਜਿਹਨੂੰ ਜ਼ੁਲਮਾਂ, ਜਿਹੜੀਆਂ ਜ਼ੁਲਮ ਅੱਗੇ ਨਹੀਂ ਚੁੱਕੀ, ਜਿਹਨੂੰ ਲੋਕਾਂ ਦੀਆਂ ਆਵਾਜ਼ਾਂ ਨਹੀਂ ਬਿਠਾ ਸਕੀਆਂ ਗਾ, ਜਿਹਨੂੰ ਕਿ ਵੈਰੀਆਂ ਦੀਆਂ ਤਲਵਾਰਾਂ ਨਹੀਂ ਚੁਕਾ ਸਕੀਆਂ ਗਾ, ਉਹ ਸਾਡੇ ਹੌਸਲਿਆਂ ਨਾਲ ਬੁਲੰਦੀਆਂ ਤੇ ਪਹੁੰਚੀ ਹੋਈ ਕੌਮ ਹੈ। ਪਰ ਜੋ ਕੁਛ ਤੁਸੀਂ ਕੀਤਾ ਉਹ ਸਾਡੇ ਲਈ ਬਹੁਤ ਹੈਰਾਨੀਜਨਕ ਸੀ, ਸਾਨੂੰ ਬੁਲੰਦੀਆਂ ਨੂੰ ਬਹੁਤ ਜ਼ਿਆਦਾ ਨਿਰਾਸ਼ਾ ਹੋਈ। ਤੁਸੀਂ ਕਹਿੰਦੇ ਸੀ ਕਿ ਅਸੀਂ ਰਾਜਨੀਤੀ ਕਰਨ ਨਹੀਂ, ਰਾਜਨੀਤੀ ਬਦਲਣ ਆਏ ਹਾਂ, ਪਰ ਰਾਜਨੀਤੀ ਬਦਲੀ ਹੈ। ਜਦੋਂ ਪੂਰੇ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਫਾਇਆ ਹੋ ਗਿਆ ਸੀ, ਤਾਂ ਪੰਜਾਬੀਆਂ ਨੇ ਤੁਹਾਨੂੰ 4 ਸੀਟਾਂ ਜਿੱਤ ਕੇ ਦਿੱਤੀਆਂ ਸੀ, ਜਦੋਂ ਦਿੱਲੀ ਦਾ ਕੋਈ ਵੀ ਵਿਅਕਤੀ ਪੰਜਾਬ ਦੇ ਵਿੱਚ ਨਹੀਂ ਆਇਆ ਸੀ। ਜਦੋਂ ਅਸੀਂ ਮਿਹਨਤ ਕਰਕੇ ਇੱਕ ਲਹਿਰ ਬਣਾ ਕੇ ਪੰਜਾਬ ਨੂੰ 100 ਸੀਟਾਂ ਜਿੱਤਣ ਦੇ ਨੇੜੇ ਲੈ ਕੇ ਗਏ, ਤਾਂ ਤੁਹਾਡੇ ਦਿੱਲੀ ਤੋਂ ਆਏ ਹੋਏ ਵਿਅਕਤੀਆਂ ਨੇ ਸਾਨੂੰ 100-20 ਸੀਟਾਂ ਤੇ ਲਿਆ ਕੇ ਮੁੱਦੇ ਮੂੰਹ ਮਾਰਤਾ। ਕੀ ਕਾਰਨ ਸੀ, ਕੀ ਕਮੀ ਸੀਗੀ ਸਾਡੀ ਮਿਹਨਤ ਦੇ ਵਿੱਚ? ਤੁਸੀਂ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਇਆ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਸਾਨੂੰ ਕਮੀ ਤਾਂ ਦੱਸ ਦਿੰਦੇ ਕਿ ਇਹਨਾਂ ਦੇ ਵਿੱਚ ਕੀ ਕਮੀ ਸੀ। ਤੁਸੀਂ ਡਾਕਟਰ ਧਰਮਵੀਰ ਗਾਂਧੀ ਜੀ ਨੂੰ ਹਟਾਇਆ ਸੀ, ਪੰਜਾਬ ਦੇ ਵਲੰਟੀਅਰ ਕੁਝ ਨਹੀਂ ਬੋਲੇ। ਤੁਸੀਂ ਸਰਦਾਰ ਸੁੱਚਾ ਸਿੰਘ ਛੋਟੇਪੁਰ ਜੀ ਨੂੰ ਹਟਾਇਆ, ਇਲੈਕਸ਼ਨ ਦਾ ਟਾਈਮ ਸੀ, ਅਸੀਂ ਕੁਝ ਨਹੀਂ ਬੋਲੇ। ਤੁਸੀਂ ਗੁਰਪ੍ਰੀਤ ਸਿੰਘ ਘੁੱਗੀ ਹੋਰਾਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਇਆ, ਅਸੀਂ ਕੁਝ ਨਹੀਂ ਬੋਲੇ, ਤੇ ਸਾਇਦ ਉਹ ਸਾਡੀ ਚੁੱਪ ਹੀ ਸਾਡੀ ਸਭ ਤੋਂ ਵੱਡੀ ਗਲਤੀ ਸੀ। ਅੱਜ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਨੂੰ ਐਲਓਪੀ ਦੇ ਅਹੁਦੇ ਤੋਂ ਹਟਾਇਆ ਗਿਆ, ਤਾਂ ਬਹੁਤ ਨਿਰਾਸ਼ਾ ਹੋਈ ਆ। ਅੱਜ ਸਾਡੇ ਵਲੰਟੀਅਰਾਂ ਦਾ ਸਬਰ ਟੁੱਟ ਗਿਆ। ਤੁਸੀਂ ਅਕਸਰ ਕਹਿੰਦੇ ਹੁੰਦੇ ਸੀ ਕਿ ਵਲੰਟੀਅਰ ਪਾਰਟੀ ਦੀ ਰੀੜ ਦੀ ਹੱਡੀ ਹੈ, ਤੇ ਅੱਜ ਉਸੇ ਟੁੱਟੇ ਹੋਏ ਸਬਰ ਨੂੰ ਲੈ ਕੇ ਰੀੜ ਦੀ ਹੱਡੀ ਤੁਹਾਡੇ ਸਾਹਮਣੇ ਲੱਖਾਂ ਦੇ ਇਕੱਠ ਵਿੱਚ ਬੈਠੀ ਹੋਈ ਆ। ਇਲੈਕਸ਼ਨ ਤੋਂ ਬਾਅਦ ਪਾਰਟੀ ਦਾ ਗ੍ਰਾਫ ਬਹੁਤ ਤੇਜ਼ੀ ਨਾਲ ਚੱਲੇ ਗਿਆ, ਪਰ ਜਿਸ ਤਰ੍ਹਾਂ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਨੇ ਤੱਥਾਂ ਦੇ ਆਧਾਰ ਤੇ ਪੰਜਾਬ ਦੇ ਮੁੱਦੇ ਚੁੱਕੇ, ਨਿਡਰਤਾ ਨਾਲ, ਦਲੇਰੀ ਨਾਲ, ਬੇਬਾਕੀ ਨਾਲ ਅਕਾਲੀਆਂ ਤੇ ਕਾਂਗਰਸੀਆਂ ਨੂੰ ਘੇਰਿਆ, ਫਿਰ ਤਾਂ ਇੱਕ ਉਮੀਦ ਜਗਾਈ ਸੀ ਕਿ ਪੰਜਾਬ ਦੇ ਵਿੱਚ ਫਿਰ ਤੀਜਾ ਬਦਲਾਅ ਆਵੇਗਾ। ਲੀਡਰਾਂ ਦਾ ਕੀ ਹੈ, ਲੀਡਰ ਤਾਂ ਪਾਰਟੀ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਆ, ਪਰ ਇਸ ਵਾਰ ਗੱਲ ਸਾਡੇ ਵਲੰਟੀਅਰਾਂ ਦੇ ਜਜ਼ਬਾਤਾਂ ਦੀ ਸੀ।
ਇਸ ਵਾਰ ਸਾਡੇ ਵਲੰਟੀਅਰਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ, ਵਲੰਟੀਅਰਾਂ ਦੀਆਂ ਉਮੀਦਾਂ ਨੂੰ ਠੇਸ ਪਹੁੰਚੀ ਹੈ, ਇਸ ਵਾਰ ਸਾਡੇ ਵਲੰਟੀਅਰਾਂ ਦੇ ਵਿੱਚ ਨਿਰਾਸ਼ਾ ਹੋਈ ਹੈ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਆਉਣ ਵਾਲੇ ਫੈਸਲੇ ਸਹੀ ਲਓਗੇ ਤਾਂ ਕਿ ਅਸੀਂ ਵਲੰਟੀਅਰ ਇੱਕ ਵਾਰ ਫਿਰ ਤੋਂ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜ ਸਕੀਏ। ਅਸੀਂ